ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਗੂੰਜਾ ਸਿੱਖ ਵਿਰਸੇ ਦੀਆਂ ਵਿੱਚ ਤੁਹਾਡਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਵਿਰਸਾ ਸੰਭਾਲ ਸਤਸੰਗ ਸਭਾ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਅਸੀਸਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ 'ਤੇ ਇਸਤਰੀ ਸਤਸੰਗ ਜਥਿਆਂ ਨੇ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਵਿਰਸਾ ਸੰਭਾਲ ਸਤਸੰਗ ਸਭਾ ਦੇ ਸਹਿਯੋਗ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਬੇਬੇ ਨਾਨਕੀ ਜੀ ਦੀ ਯਾਦ 'ਚ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਗਏ। ਇਸ ਮੌਕੇ ਇਸਤਰੀ ਸਤਸੰਗ ਜਥਿਆਂ ਨੇ ਵਿਸ਼ੇਸ਼ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਵਤਾਰ ਨੇ ਜਿਨ੍ਹਾਂ ਨੇ ਸਾਡੇ ਘਰ ਜਨਮ ਲਿਆ ਤੇ ਬੇਬੇ ਨਾਨਕੀ ਜੀ ਨੇ ਇਸ ਗੱਲ ਦੀ ਪਛਾਣ ਕੀਤੀ। ਪਰ ਪਹਿਲੇ ਸਿੱਖ ਵਜੋਂ ਅਗਰ ਕਿਹਾ ਜਾਏਗਾ ਤਾਂ ਬੇਬੇ ਨਾਨਕੀ ਮੰਨੀ ਜਾਏਗੀ। ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸਮਰਪਿਤ ਔਰ ਉਹ ਜਿਹੜਾ ਪਿਆਰ ਅਤੇ ਸਤਿਕਾਰ ਇੱਕ ਵੱਡੀ ਭੈਣ ਨੇ ਬੇਬੇ ਗੁਰੂ ਨਾਨਕ ਸਾਹਿਬ ਨੂੰ ਦੇ ਕੇ ਕਿਵੇਂ ਆਪਣੇ ਪਰਿਵਾਰ ਨੂੰ ਜੋੜਿਆ, ਕਿਵੇਂ ਪਿਤਾ ਜੀ ਨੂੰ ਸਮਝਾਇਆ, ਕਿਉਂਕਿ ਜੇ ਇਤਿਹਾਸ ਪੜ੍ਹੀਏ ਕਿ ਕਿਵੇਂ ਵੀਰ ਪਿਤਾ ਜਿਹੜਾ ਲੰਗਰ ਲਾਇਆ ਗੁਰੂ ਨਾਨਕ ਨੇ ਔਰ ਜਿਸਦੇ ਘਰ ਪਰਤ ਕੇ ਆਏ, ਅਤੇ ਫਿਰ ਬੇਬੇ ਨਾਨਕ ਨੇ ਜੋ ਰੋਲ ਅਦਾ ਕੀਤਾ ਉਹ ਸਾਰਿਆਂ ਨੂੰ ਪਤਾ। ਸੋ ਲੱਗਦਾ ਕਿ ਅੱਜ ਦੁਬਾਰਾ ਤੋਂ ਹਰ ਘਰ ਦੇ ਵਿੱਚ ਉਸ ਰੂਹ ਨੂੰ ਸਮਰਪਿਤ ਬੇਬੇ ਨਾਨਕੀ ਵਾਂਗ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ ਤਾਂ ਕਿ ਸਾਡੇ ਘਰਾਂ ਵਿੱਚ ਗੁਰਸਿੱਖੀ ਵਾਲਾ ਜੀਵਨ, ਬਾਣੀ ਅਤੇ ਬਾਣਾ ਦੁਬਾਰਾ ਤੋਂ ਸੁਰਜੀਤ ਹੋ ਸਕੇ, ਜਿਹੜੀ ਇੱਕ ਬਹੁਤ ਵੱਡੀ ਚਿੰਤਾ ਅੱਜ ਸਾਨੂੰ ਲੱਗੀ ਹੈ ਕਿ ਸਾਡੇ ਬੱਚੇ ਗੁਰੂ ਘਰਾਂ ਤੋਂ ਗੁਰਬਾਣੀ ਤੋਂ ਦੂਰ ਹੋ ਰਹੇ ਨੇ। ਉਹਦਾ ਮੁੱਖ ਕਾਰਨ ਹੈ ਕਿ ਸਾਡੇ ਘਰਾਂ ਦੇ ਵਿੱਚ TV ਨੇ ਬਹੁਤ ਜ਼ੋਰ ਫੜਿਆ ਹੋਇਆ। ਸੋਸ਼ਲ ਮੀਡੀਆ ਇੰਨਾ ਜ਼ਿਆਦਾ ਹਾਵੀ ਹੈ ਕਿ ਹੁਣ ਅਸੀਂ ਪ੍ਰਸ਼ਾਦੇ ਤੋਂ, ਲੰਗਰ ਤੋਂ, ਘਰ ਦੀਆਂ ਗੱਲਾਂ ਤੋਂ ਵੀ ਦੂਰ ਹੋ ਗਏ ਹਾਂ। ਇੱਕ ਘਰ 'ਚ ਬਹਿ ਕੇ ਵੀ ਸਾਡੇ ਇੱਥੋਂ ਫੋਨ ਛੁੱਟਦਾ ਨਹੀਂ, ਗੁਰੂ ਘਰ ਆ ਕੇ ਵੀ ਸਾਡੇ ਤੋਂ ਫੋਨ ਛੁੱਟਦਾ ਨਹੀਂ। 24 ਘੰਟੇ ਸਾਡਾ ਦਿਮਾਗ ਉਸ ਸੋਸ਼ਲ ਮੀਡੀਆ ਵਿੱਚ ਚਲਾ ਗਿਆ। ਅੱਗੇ ਬਾਣੀ ਪੜ੍ਹਨ ਦਾ ਸਮਾਂ ਹੁੰਦਾ ਸੀ, ਬਾਣੀ ਨਾਲ ਜੁੜਨ ਦਾ ਸਮਾਂ ਹੁੰਦਾ ਸੀ, ਲੰਗਰ ਪਕਾਉਣ ਦਾ, ਲੰਗਰ ਭੇਜਣ ਦਾ, ਹਰ ਚੀਜ਼ ਦਾ ਸਮਾਂ ਅਸੀਂ ਬਣਦੇ ਸੀ। ਅੱਜ ਸਾਡੀ ਹਰ ਚੀਜ਼ ਫੋਨ 'ਤੇ ਆ ਗਈ ਹੈ। ਇਹ ਇੰਨਾ ਸਾਡੇ ਹੱਥ ਨਾਲ ਜੁੜ ਗਿਆ ਕਿ ਜਿਵੇਂ ਅਸੀਂ ਕਿਸੇ ਚੀਜ਼ ਦੇ ਬਿਮਾਰ ਹੋ ਗਏ ਹਾਂ, ਇਹ ਬਿਮਾਰੀ ਤੋਂ ਬਾਹਰ ਨਿਕਲਣ ਦੀ ਲੋੜ ਹੈ। ਸੋ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨਾਲ ਗੁਰਮਤਿ ਦੀ ਸਾਂਝ ਲਾਈਏ, ਗੁਰਬਾਣੀ ਦੀ ਸਾਂਝ ਲਾਈਏ, ਤਾਂ ਕਿ ਜਿਹੜੀ ਸਾਡਾ ਇਹ ਗੁਰਪੁਰਬ ਮਨਾਏ, ਇਹ ਦਿਨ ਮਨਾਏ ਸਫਲ ਹੋ ਸਕਣ। ਮੈਂ ਇੱਕ ਵਾਰ ਫਿਰ ਬੀਬੀ ਨਰਿੰਦਰ ਕੌਰ ਜੀ ਨੂੰ ਔਰ ਆਪ ਸਾਰੀਆਂ ਭੈਣਾਂ ਮਾਤਾਵਾਂ ਨੂੰ ਬੇਨਤੀ ਕਰਦਾ ਕਿ ਜ਼ਰੂਰ ਇਸ ਉਪਰਾਲੇ ਨੂੰ, ਬਹੁਤ ਸੋਹਣੇ ਉਪਰਾਲੇ ਨੂੰ ਹੋਰ ਸੋਹਣਾ ਕਰੀਏ। ਇੱਕ ਅੱਧਾ ਘੰਟਾ ਜ਼ਰੂਰ ਸ਼ਬਦ ਵਿਚਾਰ ਵੀ ਆਪਸ ਵਿੱਚ ਕਰੀਏ, ਗੁਰਬਾਣੀ ਦੀ ਸਾਂਝ ਲਈਏ,
ਚੰਗੇ ਮੈਸੇਜ ਵਟਸਐਪ ਨਾਲ ਯੂਜ਼ ਕਰੀਏ, ਇਸ ਨੂੰ ਟੈਕਨੋਲੋਜੀ ਨੂੰ ਚੰਗੇ ਪਾਸੇ ਲੈ ਕੇ ਜਾਈਏ, ਕੋਈ ਵੀ ਸ਼ਬਦ ਦੀ ਅਸੀਂ ਖੋਜ ਕਰਕੇ ਉਹਦੀ ਵਿਆਖਿਆ ਕਰੀਏ, ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ ਕਿ ਜੇ ਦੁੱਖ ਸੁੱਖ ਹੋਏ ਅਸੀਂ ਬਾਣੀ ਨਾਲ ਕਿੱਦਾਂ ਜੁੜਨਾ। NRI ਲਾੜਿਆਂ ਵੱਲੋਂ ਛੱਡੀਆਂ ਗਈਆਂ ਲਾੜੀਆਂ ਅਤੇ ਭਵਿੱਖ ਵਿੱਚ NRI ਲਾੜਿਆਂ ਨਾਲ ਵਿਆਹ ਦੀ ਉਮੀਦ ਲਾ ਕੇ ਬੈਠੀਆਂ ਲੜਕੀਆਂ ਦੇ ਲਈ ਉਮੀਦ ਦੀ ਕਿਰਨ ਜਾਗੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈਕੋਰਟ ਵਿੱਚ ਇਸ ਸੰਬੰਧੀ ਦਾਇਰ ਕੀਤੀ ਗਈ ਅਰਜ਼ੀ 'ਤੇ ਸੁਣਵਾਈ ਦੌਰਾਨ ਚੀਫ ਜਸਟਿਸ ਦੀ ਬੈਂਚ ਨੇ ਮਾਮਲੇ ਨੂੰ ਗੰਭੀਰ ਦੱਸਦੇ ਹੋਏ ਇਸ ਵਿੱਚ ਤਤਕਾਲ ਪ੍ਰਭਾਵ ਦੇ ਨਾਲ ਭਾਰਤ ਸਰਕਾਰ ਅਤੇ ਸੰਬੰਧਿਤ ਮੰਤਰਾਲਿਆਂ ਨੂੰ ਛੇਤੀ ਜਵਾਬ ਦਾਇਰ ਕਰਨ ਦੇ ਲਈ ਨੋਟਿਸ ਜਾਰੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈਕੋਰਟ 'ਚ NRI ਲਾੜਿਆਂ ਵੱਲੋਂ ਛੱਡੀਆਂ ਗਈਆਂ ਲਾੜੀਆਂ ਦੇ ਮਾਮਲੇ 'ਚ ਦਾਇਰ ਕੀਤੀ ਗਈ ਅਰਜ਼ੀ ਉੱਤੇ ਸੁਣਵਾਈ ਹੋਈ, ਜਿਸ ਦੌਰਾਨ ਚੀਫ ਜਸਟਿਸ ਰਜਿੰਦਰ ਮੈਨਨ ਦੀ ਬੈਂਚ ਨੇ ਮਾਮਲੇ ਨੂੰ ਗੰਭੀਰ ਅਤੇ ਜ਼ਰੂਰੀ ਦੱਸਿਆ। ਹਾਈਕੋਰਟ ਨੇ ਅਜਿਹੇ ਮਾਮਲਿਆਂ 'ਚ ਸਰਕਾਰ ਨੂੰ ਸੰਜੀਦਗੀ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ। ਹਾਈਕੋਰਟ ਨੇ ਇਸ ਮਾਮਲੇ 'ਚ ਤਤਕਾਲ ਪ੍ਰਭਾਵ ਨਾਲ ਭਾਰਤ ਸਰਕਾਰ ਅਤੇ ਸੰਬੰਧਿਤ ਮੰਤਰਾਲਿਆਂ ਨੂੰ ਛੇਤੀ ਜਵਾਬ ਦਾਇਰ ਕਰਨ ਲਈ ਨੋਟਿਸ ਵੀ ਜਾਰੀ ਕੀਤਾ। ਇਸ ਮਾਮਲੇ 'ਚ ਅਗਲੀ ਸੁਣਵਾਈ 9 ਨਵੰਬਰ ਨੂੰ ਨਿਰਧਾਰਤ ਕੀਤੀ ਗਈ ਹੈ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਵੱਲੋਂ ਇਸ ਮਾਮਲੇ 'ਤੇ ਵਿਖਾਈ ਗਈ ਸੰਜੀਦਗੀ ਲਈ ਧੰਨਵਾਦ ਜਤਾਉਂਦੇ ਹੋਏ ਪੱਤਰਕਾਰਾਂ ਨੂੰ ਅਰਜ਼ੀ 'ਚ ਦਿੱਤੀਆਂ ਗਈਆਂ ਮੰਗਾਂ ਦੀ ਜਾਣਕਾਰੀ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹ ਇਸ਼ੂ ਚੁੱਕਿਆ ਸੀਗਾ, ਜਿਹੜਾ NRI ਵਿਆਹ ਕਰਕੇ ਇੱਥੇ ਆਪਣੀਆਂ ਵੋਟੀਆਂ ਨੂੰ ਛੱਡ ਜਾਂਦੇ ਸੀਗੇ। ਮੈਂ ਸਮਝਦਾ ਵਾਂ ਕਿ ਇੱਕ ਬਹੁਤ ਵੱਡਾ ਕੈਂਸਰ ਸਾਡੇ ਮੁਲਕ 'ਚ ਹੈ। ਅਸੀਂ ਬੱਚਿਆਂ ਨੂੰ ਬੋਝ ਸਮਝਦੇ ਹਾਂ, ਅਸੀਂ ਮਾਂ ਪਿਓ ਹੀ ਸੋਚਦੇ ਨੇ ਕਿ ਕਿਵੇਂ ਇਹਨਾਂ ਨੂੰ ਵਿਆਹ ਦੇਈਏ, ਔਰ ਬੜੀ ਵੱਡੀ ਇੱਕ ਗਿਣਤੀ ਐਸੀ ਹੈ ਹਿੰਦੁਸਤਾਨ 'ਚ ਜਿਹੜੀ ਸਾਊਥ ਇੰਡੀਆ 'ਚ ਔਰ ਨੌਰਥ ਇੰਡੀਆ ਖਾਸ ਤੌਰ 'ਤੇ ਪੰਜਾਬ 'ਚ, ਕਿ ਅਸੀਂ NRI ਦੁੱਲੇ ਮਿਲ ਜਾਣ, ਸਾਡੀਆਂ ਬੱਚੀਆਂ ਬਾਹਰਲੇ ਮੁਲਕਾਂ ਜਾ ਕੇ ਰਾਜ ਕਰਨਗੀਆਂ, ਐਸ਼ ਕਰਨਗੀਆਂ। ਲੇਕਿਨ ਉੱਥੇ ਜਿਹੜੇ NRI ਦੁੱਲੇ ਆਉਂਦੇ ਨੇ, ਉਹਨਾਂ ਦੇ ਦੋ ਦੋ ਚਾਰ ਚਾਰ ਵਿਆਹ ਹੋਏ ਹੁੰਦੇ ਨੇ, ਉਹਨਾਂ ਦੇ ਬੱਚੇ ਵਿਆਹਣ ਜੋਗੇ ਹੁੰਦੇ ਨੇ, ਇੱਥੇ ਗਲਤ ਉਮਰਾਂ ਦੱਸ ਕੇ ਬੱਚੀਆਂ ਨਾਲ ਵਿਆਹ ਕਰਦੇ ਸੀ, ਔਰ ਇਹ ਆਖਦੇ ਸੀ ਕਿ ਅਸੀਂ ਹਾਲੀਡੇ ਹਨੀਮੂਨ 'ਤੇ ਜਾ ਰਹੇ ਹਾਂ। ਵਿਆਹ ਕਰਨ ਤੋਂ ਬਾਅਦ ਜੋ ਉਹਨਾਂ ਦਾ ਦਹੇਜ ਸੋਨਾ ਪੈਸਾ ਨਕਦੀ ਲੈ ਜਾਂਦੇ ਸੀ, ਅਸੀਂ ਵੀਜ਼ਾ ਲਵਾ ਰਹੇ ਹਾਂ, ਤੁਹਾਡਾ ਕੇਸ ਬਣਵਾ ਰਹੇ ਹਾਂ, 2-3 ਸਾਲ 4 ਸਾਲ ਆਉਂਦੇ ਰਹਿਣਾ, ਪੈਸੇ ਹੋਰ ਲੈ ਜਾਣਾ, ਇੱਥੇ ਬੱਚੇ ਜੰਮਦੇ ਨੇ। ਅੱਜ ਉਹਨਾਂ ਬੱਚੀਆਂ ਦੀ ਅੱਗੇ ਬੱਚੀਆਂ ਜਿਹੜੀਆਂ ਨੇ ਵਿਆਹਣ ਵਾਲੀਆਂ ਹੋ ਗਈਆਂ, ਇਹ ਹਜ਼ਾਰਾਂ ਬੱਚੀਆਂ ਇੱਥੇ ਧੱਕੇ ਖਾਂਦੀਆਂ ਸੀ। ਅਖੀਰ ਉਹ ਸਾਡੇ ਦਫ਼ਤਰ ਕੁਛ ਬੱਚੀਆਂ ਆਈਆਂ, ਉਹਨਾਂ ਨੇ ਆਪਣਾ ਦਰਦ ਦੱਸਿਆ, ਔਰ ਇਹ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਸਾਹਿਬ ਨੇ ਸਰਬੱਤ ਦੇ ਭੱਲੇ ਦੀ ਗੱਲ ਕੀਤੀ, ਗੁਰੂ ਨਾਨਕ ਸਾਹਿਬ ਨੇ ਸੋ ਕਿਉਂ ਬੰਦਾ ਆਖੀਏ ਜਿਸ ਜੰਮੇ ਰਾਜਾਨ ਦੀ ਗੱਲ ਕੀਤੀ। ਦਿੱਲੀ ਕਮੇਟੀ ਨੇ 9 ਮਈ ਨੂੰ ਇਹ ਜੰਗ ਸ਼ੁਰੂ ਕੀਤੀ ਸੀਗੀ ਸਭ ਤੋਂ ਪਹਿਲੇ, ਅਤੇ ਫੋਰਨ ਮਿਨਿਸਟਰੀ ਨੇ ਇੱਕ ਨੋਡਲ ਏਜੰਸੀ ਬਣਾਈ ਜਿਹੜੀ ਚਾਈਲਡ ਐਂਡ ਵੈਲਫੇਅਰ ਦੇ ਥੱਲੇ ਜਿਹੜੀ ਸ਼ਿਪਰਾ ਰਾਏ ਕਰਕੇ ਉਹਦੀ ਚੀਫ ਹੈਗੀ ਹੈ, ਔਰ ਉਹਨੇ ਐਕਸ਼ਨ ਲਏ ਨੇ ਕਈਆਂ ਦੇ ਲੁੱਕਆਊਟ ਨੋਟਿਸ ਦੇਣ ਦੀ। ਪਹਿਲੀ ਦਫ਼ਾ ਉਹਨਾਂ ਨੂੰ ਤਾਕਤ ਦਿੱਤੀ ਗਈ ਸੀਗੀ, ਹਾਈਕੋਰਟ 'ਚ ਅਸੀਂ ਕੇਸ ਪਾਇਆ, ਅੱਜ ਪਹਿਲੀ ਦਫ਼ਾ ਹਾਈਕੋਰਟ ਨੇ ਨੋਟਿਸ ਕੀਤਾ ਸਰਕਾਰਾਂ ਨੂੰ ਕਿ ਇਹਦੇ ਉੱਤੇ ਮੋਨੀਟਰਿੰਗ ਕਮੇਟੀ ਬਣਨੀ ਚਾਹੀਦੀ, ਜੋ ਸਾਡੀ ਡਿਮਾਂਡ ਹੈ। ਬਾਹਰ ਜਿਹੜੇ ਬੱਚੇ ਨੇ ਉਹਨਾਂ ਦੇ ਕ੍ਰੈਡੈਂਸ਼ਲਸ ਚੈੱਕ ਹੋਣੇ ਚਾਹੀਦੇ ਨੇ, ਤਾਂ ਕਿ ਇਹ ਧੋਖੇ ਬੰਦ ਹੋ ਜਾਣ, ਔਰ ਜਿਹੜੇ ਧੋਖੇ ਦੇ ਕੇ ਗਏ ਨੇ ਉਹਨਾਂ ਦਾ ਵਾਪਸ ਜੇਲ੍ਹ ਦਾ ਰਸਤਾ ਖੁੱਲ੍ਹ ਗਿਆ। ਉਹ ਤਾਂ ਇੱਥੇ ਹਨੀਮੂਨ ਮਨਾਉਣ ਵਾਸਤੇ ਆਏ ਸੀ, ਲੇਕਿਨ ਮੈਂ ਸਮਝਦਾ ਕਿ ਉੱਥੋਂ ਡਿਪੋਰਟ ਵੀ ਹੋਣਗੇ, ਪਾਸਪੋਰਟ ਕੈਂਸਲ ਵੀ ਹੋਣਗੇ, ਔਰ ਜੇਲ੍ਹ ਦਾ ਰਸਤਾ ਵੀ ਦੇਖ। ਕਈ ਸਾਡੀਆਂ ਭੈਣਾਂ ਜਿਨ੍ਹਾਂ ਦਾ ਕੋਈ 25,000 ਤੋਂ ਜ਼ਿਆਦਾ ਐਸੇ ਕੇਸਿਸ ਨੇ ਜੋ NRI ਦੂਲੇ ਨੂੰ ਲੱਭ ਰਹੀਆਂ ਨੇ, ਆਏ ਵਿਆਹ ਕਰਕੇ ਚਲੇ ਗਏ, ਔਰ ਉਸ ਤੋਂ ਬਾਅਦ ਨਾ ਮਾਂ ਬਾਪ ਹੱਥ ਫੜਾਉਂਦੇ ਨੇ, ਔਰ ਧੀ ਜਿਹੜੀ ਹੁੰਦੀ ਆ ਉਹ ਆਪਣੇ ਪਿਓ ਦੇ ਕੋਲ ਵਾਪਸ ਪਹੁੰਚ ਜਾਂਦੀ ਆ। ਪੰਜਾਬ ਦੇ ਅੰਦਰ ਅੰਦਰ ਹੀ ਕਈ ਹਜ਼ਾਰ ਕੇਸ ਖਾਲੀ ਪੰਜਾਬ ਤੋਂ ਆ, ਹਰਿਆਣਾ ਤੋਂ, ਦਿੱਲੀ ਤੋਂ। ਅਸੀਂ ਧੰਨਵਾਦ ਕਰਦੇ ਹਾਂ ਦਿੱਲੀ ਹਾਈਕੋਰਟ ਦਾ, ਮਾਣਯੋਗ ਚੀਫ ਜਸਟਿਸ ਸਾਹਿਬ ਦਾ, ਜਿਨ੍ਹਾਂ ਨੇ ਅੱਜ ਇਸ ਨੂੰ ਬਹੁਤ ਹੀ ਸੰਜੀਦਗੀ ਨਾਲ ਲਿਆ, ਜਿੱਥੇ ਸਟੇਟ ਨੋਟਿਸ ਕੀਤੇ, ਗਵਰਨਮੈਂਟ ਆਫ ਇੰਡੀਆ ਨੂੰ ਨੋਟਿਸ ਕੀਤਾ ਹੈ, ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੂੰ, ਪੰਜਾਬ ਸਰਕਾਰ ਨੂੰ ਔਰ ਬਾਕੀ ਸਟੇਟ ਗਵਰਨਮੈਂਟਸ ਨੂੰ, ਉੱਥੇ ਜਿਹੜਾ ਇਹਦਾ ਸੰਗਿਆਨ ਲਿਆ ਗਿਆ, ਅੱਜ ਜਿਹੜਾ ਚੀਫ ਜਸਟਿਸ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ ਇੱਕ ਕੈਂਸਰ ਦੀ ਬਿਮਾਰੀ ਔਰ ਇਸ 'ਤੇ ਰੋਕਥਾਮ ਲਾਉਣੀ ਬੜੀ ਜ਼ਰੂਰੀ ਆ। ਅੱਜ ਉਹ ਧੀਆਂ ਜਿਹੜੇ ਇਨਸਾਫ ਮੰਗਦੀਆਂ ਸੀਗੀਆਂ, ਉਹਨਾਂ ਨੂੰ ਕੋਈ ਥਾਂ ਨਹੀਂ ਮਿਲਦੀ ਸੀ, ਕਿਉਂ? ਮੁਕੱਦਮਾ ਦਰਜ ਹੁੰਦਾ ਸੀ ਪੰਜਾਬ ਸਰਕਾਰ ਕੋਲ, LOC ਜਿਹੜੀ ਸੀਗੀ ਉਹ ਖੋਲ੍ਹਣੀ ਸੀ ਕੇਂਦਰ ਸਰਕਾਰ ਨੇ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜਿਹੜੀ ਸੀਗੀ ਉਹ ਕਹਿੰਦੇ ਸੀ ਕੋਈ ਏਜੰਸੀ ਸਾਨੂੰ ਕਹੇ ਅਸੀਂ ਆਪਣੇ ਆਪ 'ਚ ਕੋਈ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਸੋ ਇੱਕ ਐਸੀ ਸਿਚੁਏਸ਼ਨ ਬਣੀ ਹੋਈ ਸੀ ਜਿਹਦਾ ਕੋਈ ਰਸਤਾ ਨਹੀਂ ਦਿਖਦਾ ਸੀ। ਤੁਸੀਂ ਦੇਖਿਆ ਪਿਛਲੇ ਦਿਨਾਂ ਅੰਦਰ ਕਈ ਧੀਆਂ ਭੈਣਾਂ ਇੱਥੇ ਚੱਲ ਕੇ ਆਈਆਂ ਗੁਰਦੁਆਰਾ ਕਮੇਟੀ ਅੰਦਰ, ਉਹਨਾਂ ਨੇ ਕਿਹਾ ਕਿ ਤੁਸੀਂ ਹਰ ਵਾਸਤੇ ਹਾ ਦਾ ਨਾਰਾ ਮਾਰਦੇ, ਸਾਡੇ ਵਾਸਤੇ ਵੀ ਹਾ ਦਾ ਨਾਰਾ ਮਾਰੋ। ਜ਼ਰੂਰ ਅਸੀਂ ਇਹ ਮੰਨਦੇ ਹਾਂ ਕਿ NRI ਜਿਹੜੇ ਨੇ ਉਹ ਸਾਰਿਆਂ ਨੂੰ ਗਲਤ ਪੇਂਟ ਕਰਨਾ ਗਲਤ ਹੋਊਗਾ, ਪਰ NRI 'ਚ ਕੁਛ ਇਹੋ ਜਿਹੇ ਲੋਕ ਨੇ ਜਿਹੜੇ ਸਾਰੇ ਵਿਦੇਸ਼ਾਂ 'ਚ ਬੈਠਿਆਂ ਨੂੰ ਵੀ ਬਦਨਾਮ ਕਰ ਰਹੇ ਨੇ।
कुछ कहने वाला ही यहो जे ने जिहड़े भावें जिन्हां की गिनती बड़ी घट नंबर चा पर वो आप भी इत्थे देश दे लोकां नूं बदनाम करदे ने ते NRI नूं बदनाम करदे ने। सो पर यह हाई कोर्ट के ऑर्डर ने, हाई कोर्ट के वलों स्टेट ने नोटिस लै लेना। मैं महसूस करदा कि अज जिहड़े लोग ये सुपना लैके आ जाते सी इत्थे साडे देश दीआं बच्चियां नूं ठगण वास्ते, कहिंदे सी हनीमून हॉलीडे ते चले आ, उन्हां दा हॉलीडे खत्म नहीं हो रहा बल्कि उन्हां नूं जेल का रस्ता दिखाउण दा एक रस्ता खुल गया है। बड़ी जल्दी असीं उन्हां नूं दसना चाहुंदे आ जिहड़े तुसीं बाहर बैठ के ऐसी ठगी मारन की उम्मीद नाल इत्थे आउंदे सी इस मुल्क अंदर, हुण इह ठगी नहीं चलू, जेल आऊगी। जिहड़ा इहो जिहा काम करूगा तुरंत चुक के जेल च जाऊगा। असीं धन्नवाद करदे हां हाई कोर्ट का भी, और असीं उम्मीद करदे हां पंजाब सरकार तों, क्योंकि सब तो ज़्यादा केसिस पंजाब और हरियाणा च हो रहे ने, दिल्ली अंदर भी। असीं तिना मुख्यमंत्रियों तों भी उम्मीद करते हाँ कि वह भी अपने उत्थे एक कमेटी कॉन्स्टिट्यूट करन, जिस कमेटी को पावर होवे कि उहदी इजाजत तो बिना कोई NRI आके उहदी NOC तो बिना विआह ना कर सके, ऐसी कॉन्स्टिट्यू अथॉरिटी का कॉन्स्टिट्यूशन होनी चाहिए स्टेट लैवल से, ता ही यह बच्चों नू इन्हां तों ਤੱਕਾ ਨਾ ਹੋਵੇ, ਉਹਨਾਂ ਤੋਂ ਬਚਾਇਆ ਜਾ ਸਕਦਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਸਰੋਵਰ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਹੋਇਆ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਾਰ ਸੇਵਾ ਵਿੱਚ ਹਿੱਸਾ ਲਿਆ। साहिब श्री गुरु नानक देव जी के 550 साल प्रकाश पुरब को मुख रखते हैं दिल्ली सिख गुरुद्वारा प्रबंधक कमेटी ने तैयारियां शुरू कर दी ने। दिल्ली के इतिहासिक गुरुद्वारा नानक प्याओ साहिब विखे सरोवर की कार सेवा का काम शुरू होया। सरोवर की सेवा दिल्ली कमेटी वालों की जा रही है। इस मौके दिल्ली कमेटी के जनरल सकत्र मनजिंदर सिंह सिरसा, धर्म प्रचार कमेटी के चेयरमैन परमजीत सिंह राणा ने भी शिरकत की। गुरुद्वारा नानक प्याओ साहब इतिहासिक स्थान, गुरु नानक पातशाह जो दिल्ली आए थे अपने हथी इतने खूह पटिया और इतने प्याऊ लाया सीगा। मैं समझदा वा कि अगले साल 550 साल 2019 ਦੇ ਵਿੱਚ ਜਿਹੜਾ ਆ ਰਿਹਾ ਬਹੁਤ ਵੱਡੀ ਕਾਰ ਸੇਵਾ ਨਾਨਕ ਪਿਓ ਸਾਹਿਬ ਚੱਲਦੀ ਪਈ ਹੈ, ਇਮਾਰਤਾਂ ਦੀ, ਬਿਲਡਿੰਗਾਂ ਦੀ, ਸਰਾਵਾਂ ਦੀ, ਹੋਰ ਕਈ ਚੀਜ਼ਾਂ ਦੀ। ਉੱਥੇ ਕੱਲ੍ਹ ਅਸੀਂ ਸਰੋਵਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਹੈ। ਇਤਿਹਾਸਿਕ ਸਥਾਨ ਹੈ, ਸੰਗਤਾਂ ਬੜੀ ਸ਼ਰਧਾ ਦੇ ਨਾਲ ਉਹਦੇ 'ਚ ਸੇਵਾ ਨਿਭਾ ਰਹੀਆਂ ਨੇ। ਬਾਬਾ ਬਚਨ ਸਿੰਘ ਜੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਇਹ ਸਾਰੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਵੇ। ਮੈਂ ਸਮਝਦਾ ਹਾਂ ਕਿ ਸੰਗਤਾਂ ਦੇ ਵਿੱਚ ਜੋਸ਼ ਹੈ, ਸੰਗਤਾਂ ਦੇ ਵਿੱਚ ਸ਼ਰਧਾ ਹੈ, ਸੰਗਤਾਂ ਦੇ ਵਿੱਚ ਪਿਆਰ ਹੈ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਨੂੰ ਲੈ ਕੇ, ਔਰ ਕਿਉਂਕਿ ਇਸ ਸਥਾਨ 'ਤੇ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ, ਸੋ ਇਸ ਕਰਕੇ ਹਰ ਚੀਜ਼ ਦਾ ਧਿਆਨ ਪਹਿਲੇ ਰੱਖਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਸੰਗਤਾਂ ਦੀ ਸਹੂਲਤ ਲਈ ਗੁਰਦੁਆਰਾ ਨਾਨਕ ਪਿਓ ਸਾਹਿਬ 'ਚ ਜੋ ਜੋ ਚੀਜ਼ਾਂ ਚਾਹੀਦੀਆਂ ਉਹ ਕੀਤੀਆਂ ਜਾਣ। ਸਰੋਵਰ ਸਾਹਿਬ ਦੀ ਸਫਾਈ ਔਰ ਉਹਦੀ ਕਾਰ ਸੇਵਾ ਵੀ ਉਹਦੇ ਵਿੱਚ ਆਉਂਦੀ ਹੈ। ਦੇਸ਼ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨ ਛੋਹ ਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਇਹ ਮਹਾਨ ਸੇਵਾ ਬਾਬਾ ਬਚਨ ਸਿੰਘ ਜੀ ਤੋਂ ਵਰਸਾਏ ਹੋਏ ਮਹਾਂਪੁਰਖਾਂ ਦੇ ਚਰਨ ਸਦਕੇ ਇਹ ਸੇਵਾ ਸ਼ੁਰੂ ਹੋਈ ਆ। ਜਿੱਥੇ ਗੁਰੂ ਘਰ ਦੇ ਲੈਂਟਰ ਦੀ ਸੇਵਾ, ਗੁਰੂ ਘਰ ਅੰਦਰੋਂ ਸਾਰੀ ਦੀ ਸੇਵਾ ਚੱਲਦੀ ਪਈ ਆ, ਉੱਥੇ ਹੀ ਇਹ ਨਾਨਕ ਪਿਓ ਸਾਹਿਬ ਵਿਖੇ ਸਰੋਵਰ ਦੀ ਮਹਾਨ ਸੇਵਾ ਚੱਲਦੀ ਪਈ ਆ। ਦਿੱਲੀ ਦੀਆਂ ਸੰਗਤਾਂ, ਦੇਸ਼ ਤੋਂ ਆਈਆਂ ਸੰਗਤਾਂ ਗੁਰੂ ਚਰਨਾਂ ਦੇ ਇਸ ਮਹਾਨ ਸੇਵਾ ਨੂੰ ਕਰਕੇ ਆਪਣਾ ਜੀਵਨ ਸਫਲਾ ਕਰ ਰਹੀ ਆ। ਅਸੀਂ ਵੀ ਪਰਮ ਪਿਤਾ ਪਰਮੇਸ਼ਵਰ ਚਰਨਾਂ 'ਚ ਇਹੀ ਬੇਨਤੀ ਜੋਜਰੀ ਅਰਦਾਸ ਕਰਦੇ ਹਾਂ। ਇਸੇ ਤਰ੍ਹਾਂ ਬਾਬਾ ਹਰਭਜਨ ਸਿੰਘ ਜੀ ਤੋਂ ਵਰਸਾਏ ਹੋਏ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਇਸੇ ਤਰ੍ਹਾਂ ਇਹਨਾਂ ਨੂੰ ਗੁਰੂ ਸਾਹਿਬ ਆਪਣੇ ਮਹਾਨ ਚਰਨਾਂ ਕਮਲਾਂ ਦੀ ਮਹਾਨ ਸੇਵਾ ਇਸੇ ਤਰ੍ਹਾਂ ਹਮੇਸ਼ਾ ਵਾਸਤੇ ਇਹਨਾਂ ਦੀ ਝੋਲੀ 'ਚ ਪਾਉਣ। ਇਸੇ ਤਰ੍ਹਾਂ ਅਸੀਂ ਵੀ ਗੁਰੂ ਚਰਨਾਂ ਦੀ ਸੇਵਾ ਕਰ ਸਕੀਏ, ਐਸੀ ਦਾਤਾ ਸਾਡੇ 'ਤੇ ਰਹਿਮਤ ਬਖਸ਼ਿਸ਼ ਕਰਨ। ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਸਟਾਫ ਇਸ ਸੇਵਾ ਦੇ ਅੰਦਰ ਆਪਣੀ ਸ਼ਮੂਲੀਅਤ ਕਰਕੇ ਆਪਣਾ ਜੀਵਨ ਸਫਲਾ ਕਰ ਰਿਹਾ। ਗੁਰੂ ਸਾਹਿਬ ਇਹਨਾਂ ਸਾਰਿਆਂ 'ਤੇ ਰਹਿਮਤ ਅਤੇ ਬਖਸ਼ਿਸ਼ ਕਰਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਸਾਲਾਂ ਜਿਹੜੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਬਾਬਾ ਬਚਨ ਸਿੰਘ ਜੀ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਮਿਲ ਕੇ ਸਰੋਵਰ ਸਾਹਿਬ ਦੀ ਕਾਰ ਸੇਵਾ ਕਰਵਾਈ ਹੈ। 15 ਵਰ੍ਹਿਆਂ ਤੋਂ ਵੱਧ ਹੋ ਚੁੱਕਾ ਸੀ ਇਹ ਸੇਵਾ ਆਰੰਭ ਹੋਈ ਨੂੰ, ਅੱਜ ਤੱਕ ਇਹ ਸੇਵਾ ਰੁਕੀ ਹੋਈ ਸੀ, ਅੱਜ 15 ਸਾਲ ਬਾਅਦ ਇਹ ਸੇਵਾ ਹੋਈ ਹੈ ਅਤੇ ਮੈਂ ਧੰਨਵਾਦ ਕਰਦਾ ਬਾਬਾ ਬਚਨ ਸਿੰਘ ਸੰਪਰ ਦਾ, ਸਾਰੇ ਜਿਹੜੇ ਬਾਬਾ ਹਰਬੰਸ ਸਿੰਘ ਦੇ ਵਰਸਾਏ ਹੋਏ ਜਥੇਦਾਰ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਮਨਜੀਤ ਸਿੰਘ ਜੀਕੇ ਵੱਲੋਂ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ। ਮੈਂ ਦਿੱਲੀ ਦੀ ਸੰਗਤ ਵੱਲੋਂ ਧੰਨਵਾਦ ਕਰਦਾ ਜਿਹੜੀ ਦੂਰੋਂ ਦੁਰਾਡੋ ਸੰਗਤ ਆ ਕੇ ਇੱਥੇ ਸੇਵਾ ਕਰ ਰਹੀ ਹੈ ਉਹਨਾਂ ਦਾ ਵੀ ਔਰ ਸਮੂਹ ਸਿੱਖ ਜਥੇਬੰਦੀਆਂ ਜਿਹੜੀਆਂ ਅੱਜ ਸ਼ਾਮਿਲ ਹੋਈਆਂ ਨੇ। ਅੱਜ ਦਾ ਜਿਹੜਾ ਇਹ ਦਿਨ ਹੈ ਕਾਰ ਸੇਵਾ ਨੂੰ ਸਮਰਪਿਤ ਹੈ।
ਔਰ ਜਿਹੜੇ ਵੀ ਇੱਥੇ ਪਹੁੰਚੇ ਲਾਹਾ ਲੈ ਕੇ ਜਾ ਰਹੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਖੁਸ਼ੀਆਂ ਲੈ ਕੇ ਜਾ ਰਹੇ ਆ। ਸਮੂਹ ਸੰਗਤ ਨੂੰ ਬੇਨਤੀ ਹੈਗੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ, ਕਾਰ ਸਾਹਿਬ ਦਿੱਲੀ ਵਾਲਿਆਂ ਵੱਲੋਂ, ਗੁਰੂ ਸਾਹਿਬ ਬਾਬਾ ਬਚਨ ਸਿੰਘ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੇਵਾ ਕੀਤੀ ਜਾ ਰਹੀ ਹੈ। ਉਸ ਕੜੀ ਵਿੱਚ ਅੱਜ ਗੁਰਦੁਆਰਾ ਨਾਨਕ ਪਿਓ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਆਰੰਭ ਹੋਈ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਹਿੱਸਾ ਕਰੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿੱਚ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਇਆਂ ਮੁਸਾਫਰ ਨਿਵਾਸ ਦੇ ਲਈ ਵੱਡੇ ਹਾਲ ਦੀ ਰੈਨੋਵੇਸ਼ਨ ਕਰਵਾਈ ਗਈ ਹੈ, ਜਿਸ ਦੇ ਤਹਿਤ ਹਾਲ ਵਿੱਚ 60 ਦੇ ਕਰੀਬ ਬੈੱਡ ਲਗਵਾਏ ਗਏ ਤਾਂ ਜੋ ਮੁਸਾਫਰਾਂ ਨੂੰ ਰਹਿਣ ਦੇ ਲਈ ਸੁਵਿਧਾ ਹੋ ਸਕੇ। ਇਸ ਮੌਕੇ 'ਤੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੋਂ ਇਲਾਵਾ ਵੱਖ ਵੱਖ ਸੰਪਰਦਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਹਾਜ਼ਰ ਹੋਏ, ਜਿੱਥੇ ਅਰਦਾਸ ਦੇ ਉਪਰੰਤ ਹਾਲ ਸੰਗਤਾਂ ਦੇ ਹਵਾਲੇ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦੇ ਹਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਮੁਸਾਫਰ ਨਿਵਾਸ ਲਈ ਵੱਡੇ ਹਾਲ ਦੀ ਰੈਨੋਵੇਸ਼ਨ ਕਰਵਾਈ ਗਈ ਹੈ। ਇਸ ਤਹਿਤ ਹਾਲ ਵਿੱਚ 60 ਦੇ ਕਰੀਬ ਨਵੇਂ ਬੈੱਡ ਲਗਵਾਏ ਗਏ ਨੇ ਤਾਂ ਜੋ ਮੁਸਾਫਰਾਂ ਨੂੰ ਰਹਿਣ ਵਿੱਚ ਸੁਵਿਧਾ ਹੋ ਸਕੇ। ਇਸ ਹਾਲ ਦਾ ਕਿਰਾਇਆ ਸਿਰਫ 100 ਰੁਪਏ ਰੱਖਿਆ ਗਿਆ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ 'ਚ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੋਂ ਇਲਾਵਾ ਵੱਖ ਵੱਖ ਸੰਪਰਦਾਵਾਂ ਨਾਲ ਜੁੜੇ ਸੰਤ ਮਹਾਂਪੁਰਸ਼ ਹਾਜ਼ਰ ਹੋਏ, ਜਿੱਥੇ ਅਰਦਾਸ ਉਪਰੰਤ ਹਾਲ ਨੂੰ ਸੰਗਤਾਂ ਦੇ ਹਵਾਲੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ 'ਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੁੰਦੀਆਂ ਨੇ, ਜਿਨ੍ਹਾਂ ਦੇ ਰਹਿਣ ਲਈ ਸਰਾਂ ਦਾ ਨਿਰਮਾਣ ਕੀਤਾ ਗਿਆ ਸੀ ਤੇ ਸੰਗਤ ਦੀ ਵੱਧ ਆਮਦ ਨੂੰ ਵੇਖਦੇ ਹੋਏ ਇਸ ਵੱਡੇ ਹਾਲ ਨੂੰ ਰੈਨੋਵੇਟ ਕਰਵਾਇਆ ਗਿਆ। ਬੰਗਲਾ ਸਾਹਿਬ ਇੱਕ ਐਸਾ ਸਥਾਨ ਹੈ ਜਿੱਥੇ ਦੁਨੀਆ ਭਰ 'ਚੋਂ ਔਰ ਦੁਨੀਆ ਭਰ ਦੇ ਧਰਮਾਂ ਦੇ ਲੋਕ, ਦੁਨੀਆ ਭਰ ਦੀਆਂ ਜਾਤਾਂ ਜਿਹੜੀਆਂ ਸਿੱਖ ਧਰਮ 'ਚ ਨਹੀਂ ਮੰਨੀਆਂ ਜਾਂਦੀਆਂ, ਲੇਕਿਨ ਹਰੇਕ ਫਿਰਕੇ ਦਾ ਲੋਕ ਇਸ ਜਗ੍ਹਾ ਆ ਕੇ ਨਤਮਸਤਕ ਹੁੰਦਾ। ਕੋਈ ਰੈਲੀ ਕਿਸੇ ਨੇ ਕਰਨੀ ਹੋਵੇ, ਕੋਈ ਪੋਲੀਟੀਕਲ ਰੈਲੀ ਕਰਨੀ ਹੋਵੇ, ਕਿਸਾਨਾਂ ਨੇ ਕਰਨੀ ਹੋਵੇ, ਫੌਜੀਆਂ ਨੇ ਕਰਨੀ ਹੋਵੇ, ਜਿਹੜੇ ਸਾਡੇ ਨੇਤਰਹੀਣ ਵੀਰ ਨੇ ਉਹਨਾਂ ਦੇ ਇੱਥੇ ਧਰਨੇ ਲੱਗਦੇ ਨੇ ਜੰਤਰ ਮੰਤਰ 'ਤੇ, ਉਹ ਕਈ ਕਈ ਹਜ਼ਾਰ ਬੰਦੇ ਆ ਕੇ ਇੱਥੇ ਰਾਤ ਰੁਕਦੇ ਨੇ। ਅੱਗੇ ਸਾਡੇ ਗੁਰੂ ਘਰਾਂ ਦੇ ਵਿੱਚ ਕਮਰੇ ਸੀਗੇ, ਲੇਕਿਨ ਕਮਰੇ ਦਾ ਕਿਰਾਇਆ 700 ਰੁਪਇਆ, 800 ਰੁਪਇਆ, 1000 ਰੁਪਇਆ ਇੱਦਾਂ ਚੱਲਦਾ। ਲੇਕਿਨ ਜੇ ਕੋਈ ਗੁਰੂ ਕਾ ਸਿੱਖ ਨਹੀਂ ਅਫੋਰਡ ਕਰ ਸਕਦਾ ਤਾਂ ਉਹਨਾਂ ਵਾਸਤੇ ਬੜੀ ਦਿੱਕਤ ਸੀਗੀ। ਅਸੀਂ ਪਹਿਲੇ ਗੁਰਦੁਆਰਾ ਬੰਗਲਾ ਸਾਹਿਬ ਥੱਲੇ ਗਰਾਊਂਡ ਫਲੋਰ 'ਤੇ 70 ਬੈੱਡ ਦੀ ਡੋਰਮੈਟਰੀ ਬਣਾਈ, ਅੱਧੀ ਬੀਬੀਆਂ ਵਾਸਤੇ, ਅੱਧੀ ਮਰਦਾਂ ਵਾਸਤੇ, ਔਰ ਉਹਦਾ ਅਸੀਂ ਲੋਕਰ, ਏਸੀ ਸਭ ਕੁਝ ਦੇਈਦੇ ਆ, ਸਾਫ਼ ਬਿਸਤਰੇ ਦੇਈਦੇ ਆ, 200 ਰੁਪਏ ਲੈਂਦੇ ਹਾਂ। ਇਹ ਅਸੀਂ 3rd ਫਲੋਰ ਦੇ ਉੱਤੇ ਡੋਰਮੈਟਰੀ ਬਣਾਈ ਹੈ, 50 ਬੈੱਡ ਦੀ ਹੈ। ਇਹ ਨੌਨ ਏਸੀ ਹੈ, ਲੇਕਿਨ ਇਹਦੇ 'ਚ ਲੋਕਰ, ਬਿਸਤਰੇ ਸਭ ਕੁਝ, ਬਾਥਰੂਮ ਵਗੈਰਾ ਹੈ ਨੇ। ਇਹ 100 ਰੁਪਏ ਰਾਤ ਦੇ ਉੱਤੇ ਅਸੀਂ ਇਹਦਾ ਇਹ ਜਿਹੜਾ ਸੇਵਾ ਭੇਟਾ ਰੱਖੀ ਹੈ ਉਹ ਅਸੀਂ ਸੰਗਤਾਂ ਵਾਸਤੇ ਰੱਖੀ ਹੈ, ਤਾਂ ਕਿ ਜੇ ਕੋਈ ਗੁਰੂ ਦਾ ਸਿੱਖ ਨਹੀਂ ਅਫੋਰਡ ਕਰ ਸਕਦਾ ਇੰਨੇ ਪੈਸੇ ਦੇਣਾ, ਸੰਗਤ ਰੂਪ ਦੇ ਵਿੱਚ ਆਵੇ, ਕਿਸੇ ਹੋਰ ਧਰਮ 'ਚੋਂ ਆਵੇ, ਉਹ ਇੱਥੇ ਇੱਜ਼ਤ ਨਾਲ ਰਹਿ ਸਕਦਾ, ਲੋਕਰ ਦਿੱਤਾ ਹੋਏਗਾ, ਉਹਦਾ ਸਮਾਨ ਸੇਫ ਰਹੇਗਾ। ਸੋ ਅੱਜ ਇਹ ਬਹੁਤ ਵੱਡੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ, ਸੰਗਤਾਂ ਵਾਸਤੇ, ਸੰਗਤਾਂ ਦੇ ਹਵਾਲੇ ਕੀਤੀ ਜਾਂਦੀ ਹੈ। ਦਿੱਲੀ ਦੇ ਸ਼ਾਹਪੁਰਾ ਅਤੇ ਗ੍ਰੇਟਰ ਕੈਲਾਸ਼ ਦੇ ਸਿੰਘ ਸਭਾ ਗੁਰਦੁਆਰਾ ਸਾਹਿਬਾਨਾਂ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿੱਤੇ ਅਕਾਲੀ ਦਲ ਬਾਦਲ ਦੇ ਮੈਂਬਰਾਂ ਦਾ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਨਮਾਨ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਕੰਮਾਂ ਨੂੰ ਵੇਖ ਕੇ ਹੀ ਲੋਕਾਂ ਨੇ ਉਹਨਾਂ ਦੀ ਪਾਰਟੀ ਨੂੰ ਜਿੱਤ ਦੇ ਨਾਲ ਨਿਵਾਜਿਆ ਏ। ਦਿੱਲੀ ਦੇ ਸ਼ਾਹਪੁਰਾ ਅਤੇ ਗ੍ਰੇਟਰ ਕੈਲਾਸ਼ ਦੇ ਸਿੰਘ ਸਭਾ ਗੁਰਦੁਆਰਾ ਸਾਹਿਬਾਨਾਂ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਜਿੱਤੇ ਅਕਾਲੀ ਦਲ ਬਾਦਲ ਦੇ ਮੈਂਬਰਾਂ ਦਾ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਨਮਾਨ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਵੇਖ ਕੇ ਲੋਕਾਂ ਨੇ ਉਹਨਾਂ ਦੀ ਪਾਰਟੀ ਨੂੰ ਜਿੱਤ ਨਾਲ ਨਿਵਾਜਿਆ। ਉਹਨਾਂ ਕਿਹਾ ਕਿ ਇਹਨਾਂ ਚੋਣਾਂ 'ਚ ਅਕਾਲੀ ਦਲ ਨੂੰ ਇੱਕ ਤਰਫਾ ਜਿੱਤ ਹਾਸਲ ਹੋਈ ਹੈ। ਜੀ ਕੇ ਨੇ ਦਾਅਵਾ ਕੀਤਾ ਕਿ ਕਮੇਟੀ ਅੱਗੇ ਤੋਂ ਵੀ ਉਸਾਰੂ ਕਾਰਜ ਜਾਰੀ ਰੱਖੇਗੀ। ਕੱਲ ਦਿੱਲੀ ਦੇ ਦੋ ਵੱਡੇ ਗੁਰੂ ਘਰਾਂ ਦੇ ਵਿੱਚ ਸਿੰਘ ਸਭਾਵਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਨੇ। ਸਹਿਬਪੁਰਾ ਉਹ ਥਾਂ ਜਿੱਥੇ ਸਿੱਖਾਂ ਦਾ ਬਹੁਤ ਵੱਡਾ ਗੜ੍ਹ ਹੈ, ਗ੍ਰੇਟਰ ਕੈਲਾਸ਼ ਪਾਰਟ 1 ਜਿੱਥੇ ਮੈਂ ਰਹਿੰਦਾ, ਪਹਾੜੀ ਵਾਲਾ ਬਹੁਤ ਵੱਡਾ ਗੁਰਦੁਆਰਾ, ਦੋਵੇਂ ਥਾਵਾਂ 'ਤੇ ਕੱਲ੍ਹ ਉਹਨਾਂ ਦੀਆਂ ਐਨੂਅਲ ਜਨਰਲ ਮੀਟਿੰਗ ਸੀਗੀਆਂ, ਉਹਦੀ ਇਲੈਕਸ਼ਨਸ ਹੋਈਆਂ ਨੇ। ਦੋਵੇਂ ਜਗ੍ਹਾ 'ਤੇ ਮੈਂ ਸਮਝਦਾ ਕਿ ਜਿਹੋ ਜਿਹੀ ਆਸ਼ੀਰਵਾਦ ਸੰਗਤ ਨੇ ਸਾਨੂੰ ਦਿੱਤਾ, ਜਿਹੋ ਜਿਹੀ ਜਿੱਤ ਪ੍ਰਾਪਤ ਹੋਈ ਹੈ ਸਾਹਿਬਪੁਰੇ ਤੋਂ ਵੀ ਔਰ ਗ੍ਰੇਟਰ ਕੈਲਾਸ਼ ਤੋਂ ਵੀ, ਮੈਂ ਸਮਝਦਾ ਇਹ ਇਤਿਹਾਸਿਕ ਹੈ। ਦਿੱਲੀ ਦੀ ਸੰਗਤ ਨੇ ਸਾਡੇ ਕੰਮਾਂ ਨੂੰ ਪਹਚਾਣਿਆ, ਆਸ਼ੀਰਵਾਦ ਦੇ ਰਹੇ ਨੇ, ਔਰ ਜਿਵੇਂ ਸਰ ਸਵਰਨ ਸਿੰਘ ਭੰਡਾਰੀ ਗ੍ਰੇਟਰ ਕੈਲਾਸ਼ ਦੇ ਪ੍ਰਧਾਨ ਚੁਣੇ ਗਏ ਨੇ, ਔਰ ਸਰ ਸਵੀਟਾ ਜੀ ਜਿਹੜੇ ਸਾਡੇ ਮੈਂਬਰ ਵੀ ਨੇ ਉਹ ਸਾਹਿਬਪੁਰੇ ਤੋਂ ਪ੍ਰਧਾਨ ਚੁਣੇ ਗਏ ਨੇ। ਮੈਂ ਸਮਝਦਾ ਉਹਨਾਂ ਦੀ ਜ਼ਿੰਮੇਵਾਰੀ ਹੋਰ ਬਣਦੀ ਹੈ ਕਿ ਸੰਗਤਾਂ ਦੀ ਸੇਵਾ ਵੱਧ ਚੜ੍ਹ ਕੇ ਕਰਨ। ਬਹੁਤ ਵੱਡੀਆਂ ਜਿੱਤਾਂ ਗੁਰੂ ਦੀ ਬਖਸ਼ਿਸ਼ ਦੇ ਨਾਲ ਸੰਗਤ ਦਿੱਲੀ ਦੇ ਵਿੱਚ ਦੇ ਰਹੀ ਹੈ। ਜਿਹੜਾ ਸਾਡੇ ਸਿੰਘ ਸਭਾ ਗੁਰਦੁਆਰਾ ਸ਼ਾਹਪੁਰੇ ਦੇ ਇਲੈਕਸ਼ਨ ਸੀ, ਉਹਦੇ ਵਿੱਚ ਰਮਿੰਦਰ ਸਿੰਘ ਸਵੀਟਾ ਜੀ ਖੜ੍ਹੇ ਹੋਏ ਸੀ ਅਤੇ ਓਪੋਜੀਸ਼ਨ ਵਿੱਚ ਜਿਹੜੇ ਖੜ੍ਹੇ ਹੋਏ ਸੀ ਉਹ ਪੂਰੇ ਸਰਨਾ ਪਾਰਟੀ ਨੇ ਪੂਰਾ ਜ਼ੋਰ ਲਗਾ ਲਿਆ, ਲੇਕਿਨ ਪੂਰਾ ਜ਼ੋਰ ਲਗਾਉਣ ਤੋਂ ਬਾਅਦ ਵੀ ਉਹਨਾਂ ਨੂੰ ਸੰਗਤਾਂ ਨੇ ਬਿਲਕੁਲ ਨਕਾਰ ਦਿੱਤਾ ਔਰ 1-sided ਵੋਟਾਂ ਲੈ ਕੇ ਸਾਡੀ ਉਹ ਪੂਰੀ ਸੀਟ ਜਿੱਤੀ ਹੈ। ਕਿਉਂਕਿ 1000 ਵੋਟਾਂ ਵਿੱਚੋਂ 750 ਵੋਟਾਂ ਜਿਹੜੀਆਂ ਪਈਆਂ ਨੇ ਉਹ ਸਵੀਟਾ ਜੀ ਨੂੰ ਪਈਆਂ ਨੇ। ਇੱਥੋਂ ਨਹੀਂ ਪਤਾ ਲੱਗਦਾ ਕਿ ਲੋਕਾਂ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦਾ ਕਿੰਨਾ ਪ੍ਰਭਾਵ ਹੈ।
और किन्ने अच्छे तरीके जोड़े असं काम कर रहे हैं और सारे कामों ही लोगों ने वोट पाई है और मैं सारी टीम जी सा जीती उन्होंने बधाई दिनी हाँ। दिल्ली कमेटी वालों साहिब श्री गुरु ग्रंथ साहिब जी की छपाई के लिए नवी फोर कलर मशीन छेती ही गुरु उपदेश प्रिंटर्स विखे लगाउण दा राह पद्धरा हो गया। श्री गुरु ग्रंथ साहिब भवन गुरद्वारा रकाबगंज साहिब विखे इस बाबत उपरली मंजिल का लेंटर पाउण की कार सेवा कमेटी प्रधान मनजीत सिंह जी के ने अरदास उपरंत शुरू की। श्री गुरु ग्रंथ साहिब जी की छपाई लिए दिल्ली कमेटी वालों नवी फोर कलर मशीन छेती ही गुरु उपदेश प्रिंटर्स विखे लगाउण का राह पद्धरा हो गया। श्री गुरु ग्रंथ भवन गुरुद्वारा रकाबगंज साहिब विखे इस बाबत उपरली मंजिल का लेंटर पाउण की कार सेवा कमेटी प्रधान मनजीत सिंह जी के ने अरदास उपरंत शुरू की। गुरुद्वारा बंगला साहिब के हैड ग्रंथी ग्ञानी रणजीत सिंह वालों इस मौके अरदास की गई। यह कार सेवा बाबा कश्मीर सिंह भूरी वालों वालों संगतों के सहयोग न करवाई जा रही है। जी के ने इस मौके दसा कि श्री गुरु ग्रंथ साहिब जी के पावन स्वरूप छापण वास्ते पहला कमेटी को दो कलर की प्रिंटिंग मशीन से, जिस करके पावन स्वरूप के अंगा की छपाई दो बार एक अंग नूं छपाई वास्ते मशीन च ले जाना पैंदा सी। हुण नवीं तकनीक दी फोर कलर मशीन नाल इह काम एक वार विच हो जाएगा, जिस करके छपाई दा म्यार जिथे उच्चा होगा उत्थे ही समय दी बचत भी होगी। मैं समझदा कि गुरु ग्रंथ साहिब दा सुनेहा उही है जो गुरु नानक पातशाह ने सारी जगत च दिता सी, दसां गुरुआं ने दिता सीगा। गुरु नानक पातशाह दे सुनेहे ते अगे चलदे होए गुरु ग्रंथ साहिब भवन जिहड़ा साडा रकाबगंज साहिब सीगा पुरानी इमारत सी, पुरानी मशीन सी, हुण नवी मशीन आ रही है। फोर कलर एलीवेशन कंप्लीट हो गया, अज पहला लेंटर पैन जा रहा है। मैं चाहना वा कि असी दुनिया नूं दिखाईए कि जिथे सिखां दा गुरु प्रिंट हुंदा उहदे च किस तरीके नाल सफाई, किस तरीके नाल मर्यादा, किस तरीके नाल उह सारा इंतजाम किया गया जो लेटैसट टैक्नोलॉजी दे नाल है। जर्मनी तों हिंडलबर्ग दी लेटैसट मशीन आ रही है और पहले जिहड़ी इमारत सीगी वह काफ़ी पुरानी हो चुकी सी, काफ़ी रिपेयर मंगती सी, लेकिन महापुरशां ने नवे डिज़ाइन करा के आर्कीटेक्ट ला के मैं समझदा कि ऐसा स्थान बनेगा कि शायद दुनिया इस दे नाल दा स्थान नहीं होएगा। मैं समूह संगत नूं, बाबा जी नूं, हैड ग्रंथी साहब नूं, इन्हां दे सारे साथियों नूं और जिहड़े परिवारां ने इस बिल्डिंग लई और मशीन लई, भावें चड्ढा परिवार है, भावें साढ़े बीबी जी ने कैनेडा तों, मैं समझदा वा कि जिन्हां ने दसवंध कढ़े ने और उहदे विच निजर साहब ने अमेरिका तो, मैं समझदा मैं सब नूं वधाई भी दिंदा वा उहनां दे सहयोग नाल इह सारा गुरु दे आशीर्वाद नाल काम हो रहा। इत्थे जदों इह बिल्डिंग कंप्लीट हो जाएगी, नवी प्रिंटिंग प्रैस आ जाएगी, अज भी जिहड़े सरूप ने असीं दिल्ली दे विच इहनां नूं बड़े सत्कार दे नाल जिथे लोड़ होवे उत्थे मर्यादा चैक करके भेजदे हां। लेकिन हुण फैसला कीता कि आले दुआले NCR दे विच ओ भावें यूपी, हरियाणा, राजस्थान दा कुछ एरिया साडे लागे पैंदा है। मैं समझदा कि असी इन्हां एरियाज़ दे विच जिथे भी महाराज दा सरूप होएगा, असी ऑलरेडी बड़ी सुंदर व्यवस्था उहदी गड्डी दी कीती है पर उहदे वास्ते वड्डी कोच भी बनानी पई। असी पालकी साहिब दे विच मर्यादा दे नाल ओ सरूप उन्हां लोकां तक पहुँचावांगे जिहड़े गुरु ग्रंथ साहिब दे लड़ लगना चाहते हैं। दुनिया दे विच अगर शांति आनी है तो सवाए गुरु ग्रंथ साहिब दे सनेह तो नहीं आ सकेगी। दिल्ली सिख गुरुद्वारा प्रबंधक कमेटी की एक उच्च पदरी टीम और मैंबर पार्लीमेंट श्री प्रवेश साहिब सिंह वर्मा ने सुभाष नगर में उस थान का दौरा किया जिथे तीन महान सिख जरनैलों बाबा बघेल सिंह, बाबा जस्सा सिंह रामगढ़िया और बाबा जस्सा सिंह आलूवालिया के कांसी के बुत स्थापित किए जाने ने। इस मौके पर मनजीत सिंह जी के ने कहा कि सिख इतिहास में नौजवान पीढ़ी तक ले जाना बहुत जरूरी है। दिल्ली सिख गुरुद्वारा प्रबंधक कमेटी की एक उच्च पदरी टीम और मैंबर पार्लीमेंट श्री प्रवेश साहिब सिंह वर्मा ने सुभाष नगर में उस स्थान का दौरा किया जिथे तीन महान सिख जरनैलों बाबा बघेल सिंह, बाबा जस्सा सिंह रामगढ़ी और जस्सा सिंह आलूवाली के कांसी के बुत स्थापित किए जाने ने। दिल्ली कमेटी की टीम में प्रधान मनजीत सिंह जी के, जनरल सकत्र मनजिंदर सिंह सिरसा, NDMC के मेयर नरेंद्र चावला और होर पतवंते शामिल हुए। इस मौके मीडिया नाल गलबात करदिआं जीके के जनरल सकत्र सिरसा ने कहा कि भारतीय इतिहास में पहली बार है जदों इन्हां तीन महान सिख जरनैलों के बुत किते स्थापित किए जा रहे हैं। उन्होंने खुशी जाहिर की कि इसकी शुरुआत राष्ट्रीय राजधानी दिल्ली तो की जा रही है। वैसे दिल्ली के जिथे मैं समझदा पंजाबियों की सिखां की बहुत वड्डी आबादी है, पैसिफिक मॉल के सामने इस चौंक के उत्ते लगाए जा रहे हैं, जिहड़ा एक पासे तिलक नगर लगता है, एक पासे विष्णु गार्डन हैगा। ये मैं समझदा वा कि दिल्ली सिख गुरद्वारा कमेटी और श्रोमणी अकाली दल ने जो वायदा किया सीगा कि असी अपनी विरासत अगे लैके आवांगे। बाबा बंदा सिंह बहादुर का बुत तुसी देखिया, दिल्ली दे लाल किले फतेह दिवस तुसी देखिया किस तरीके नाल मनाया जांदा, जिन्हां ने 1783 च दिल्ली फतेह की सी, हिंदुस्तान दे जिहड़ा तखत पिछले
कई सौ साल तो जिस ते जालम मुगल बादशाह बैठे सीगे उन्हें फतेह कीता सीगा वो जरनैलों का बाबा बघेल सिंह जी, जस्सा सिंह रामगढ़िया जी, जस्सा सिंह आलूवालिया जी, उन्होंने तिना के बुत इतने जड़े ने वो लगाए जा रहे हैं। और जिहड़ा साडा वादा है कि असी अपनी विरासत अगे लैके आनी है, ये मैं समझता वो फिर इजाफा होया। आने वाली पनीरी नू, आने वाले लोगों नू, दूजे धर्मों के लोगों को पता लगेगा कि सिखां दी की कॉन्ट्रीब्यूशन सी। एक समय यह आया सी जदों हिंदुस्तान का अपना राज सी, उह सीगा जदों जस्सा सिंह रामगढ़िया, जस्सा सिंह जी आलूवालिया और बाबा बघेल सिंह ने आके दिल्ली फतह किया 1783 मार्च अंदर। उसकी याद पूरे देश अंदर किसी को ना पता है और ना ही उसकी याद कोई कायम सी। दिल्ली दे ये वो स्थान आ जिते सब तो ज़्यादा घनी आबादी के लोग रहिंदे ने और मैट्रो उपरों जाती और सामने मेन रिंग रोड निकलती है। दिल्ली सिख गुरुद्वारा मैनेजमेंट कमेटी ने सरदार मनजीत सिंह जी के साहब इतने ने साडे इस इलाके के सांसद के विशेष उपराले के नाल और साडे मेयर साहब साडे नाल खड़े ने। इन्हां दे विशेष उपराले के नाल ये एक ऐसा समारक स्थान बन जा रहा है, एक ऐसा यादगारी स्थान बन जा रहा है जो पूरे देश के अंदर जस्सा सिंह आलूवालिया जी, जस्सा सिंह रामगढ़िया जी और बाबा बघेल सिंह जी की याद में सदीवी काल वास्ते कायम रखेगा और देश दे और दिल्ली के लोगों को यह दसेगा कि दिल्ली नू अगर गोरियां तो और मुगलों के किसी ने फतेह किया छुड़वाया सी तो वह एक महान जरनैल सी जिन्हां दे नाम से 30,000 मोरी गेट मठियाई पोले सारे नाम उस वेले दे आ, पर इतिहास अंदर इन्हां दा कितने जिक्र नहीं आता। इस करके ये एक सुनहरी इतिहास जिसनों असी दोबारा तो सुरजीत कर जा रहे हैं और ये महान स्थान जिहड़ा है ये आने वाले समय से एक महान स्थान के रूप अंदर जाना जाएगा जिथे इन्हों महान जरनलों के स्मारक और इन्हों के वड्डे बुत लगनगे यादगार के तौर। हमारे तीन योद्धा जिन्होंने दिल्ली पर फतेह की थी, ऐसे हमारे बाबा बघेल सिंह जी, जस्सा सिंह रामगढ़िया जी और जस्सा सिंह आलूवालिया जी, ये तीनों के देश में पहली बार इनके बुत और भारत की राजधानी में और हमारी लोकसभा में पहली बार हम यहाँ पे अपना लगाने जा रहे हैं और पूरे विशाल एक इनका स्मारक स्थल बनवाएंगे। इसका हम फतेह दिवस के नाम से इसका यहाँ पे हम अपना नाम रखेंगे और अच्छा स्मारक स्थल, ताकि हमारी जो नई पीढ़ी है, हमारे जो युवा पीढ़ी है, हमारे जो बच्चे हैं, वो उनको हमेशा ताउम्र याद रहे कि कैसे कैसे इस देश में ऐसे योद्धा भी पैदा हुए थे जिन्होंने छोटी फौज के साथ में और बड़े बड़े मुगलों का सामना किया था और लाल किले पर फतेह हासिल की थी। तो हमने और हमारे साथ में हमारे मेयर यहाँ पे नरेंद्र चावला जी, हमारे गुरुद्वारा प्रबंधक कमेटी के अध्यक्ष हैं मंजीत जी, हमारे जनरल सेक्रेटरी हैं सिरसार जी और इस क्षेत्र के विधायक भी हैं, हमारे राजीव बब्बर जी हैं और सभी हम सब ने मिलकर ये प्रयास किया, ये सोचा और हम इसको हम जल्दी ही 2 महीने के अंदर अंदर ये काम हम यहाँ पे करेंगे। करतारपुर साहिब दे लांघे दा मामला पूरे सिख जगत विच चर्चा दा विषय बनिया होया है। दिल्ली कमेटी दे धर्म प्रचार कमेटी दे चेयरमैन परमजीत सिंह राणा ने भी इस ते प्रतिक्रिया दित्ती है। उन्हां यूएन विच भारत सरकार अते पाकिस्तान दे दरमियान गलबात रद्द होण नूं मंदभागा करार दिता। उन्हां कहा कि करतारपुर साहिब दा लांघा खुलना चाहीदा है। ये बड़ी मतभागी खबर है और मैं लगता है कि जी एक आस जगी सी बहुत लंबे समय तो, और बादल साहब और बीबर समेत कौर बादल लगातार कोशिशें कर रहे सर। असी पिछले दिन ही SGPC से प्रधान सरदार मनजीत सिंह जी के सिरसा साहब सारे गए थे, तो कितने ना कितने ये लगता सी भी शायद सुखावा माहौल बनेगा और सुखावे माहौल च असी जरूर कामयाब होवांगे ये लांघा खोलन दे। पर जिस तरीके नाल हुण अज बयान आया और जिस तरीके का माहौल क्रिएट किया जा रहा है, कितने ना कितने सानू ये भी शक हो रहा है कि पाकिस्तान की सरकार वालों सानू कितने ना कितने गुमराह भी किया जा रहा है। जे सुखावा माहौल नहीं बनाएंगे दोनों सरकारां तो मैनूं लगता है कि ये लांघा खुलना औखा रहेगा। सो मैं दोनों सरकारों को बेनती करता कि सिखां दीआं सेंटीमेंट्स नूं, सिखां दीआं भावनां नूं मुख रखते हुए जरूर सुखावा माहौल बनाओ, ताकि जिहड़ी साडी 550 साल शताब्दी है उन्हों मुख रखते हुए गुरु नानक ने सांझी वालता की गल की है, तो सांझा वालता नूं मुख रखते हुए जरूर ये लांघा खुलना चाहिए और सरकारां नूं आपस ही बहना चाहिए।
साहिब श्री गुरु नानक देव जी के 550 साल प्रकाश पुरब मुख रखते हैं। दिल्ली श्रोमणी अकाली दल बादल के प्रधान सुखबीर सिंह बादल, श्रोमणी कमेटी प्रधान गोबिंद सिंह लौंगोवाल, दिल्ली कमेटी प्रधान मनजीत सिंह जीके ते जनरल सकत्तर मनजिंदर सिंह सिरसा ने अहम बैठक की, जिस दौरान इन्होंने समागमों की रूपरेखा बारे चर्चा की गई। इस मौके श्रोमणी कमेटी प्रधान गोबिंद सिंह लौंगोवाल ने कहा कि 10 अक्तूबर को एक विशेष बैठक की जाएगी जिस सिख जथेबंदियों के विचार लाए जाएंगे। श्रोमणी गुरुद्वारा प्रबंधक कमेटी की अगुवाई थले मीटिंग की गई जिथे दिल्ली गुरुद्वारा प्रबंधक कमेटी के प्रधान साहब जी सी ते श्रोमणी अकाली दल के नुमाइंदे भी सी। गुरु नानक देव जी महाराज का 550 साल गुरपुरब की जिहड़ी समागम है उहदी की समागम होना चाहिए किवें किवें आपां उह सारे फंक्शन करने हैं उहदी मीटिंग की गई। सो सब तो पहले 22 तरीक तो 22-23 नवंबर नूं जिहड़े समागम शुरू होणगे सुल्तानपुर लोधी होणगे ते वो तो पहले SGPC के प्रधान साहब सारे महापुरखों नाल विचार करनगे, जिन्नियां भी हिंदुस्तान दीआं जथेबंदियां उन्हां नाल विचार करनगे। निशाना एको है कि पूरा साल किवें परमात्मा दी खुशियां प्राप्त होण, किवें आपां सैलीब्रेट करिए सारे पूरे साल। नानक देव साहिब जी दे 550 साल दा प्रकाश गुरब पुरब संबंधी अज साडी सारे मीटिंग होई, जिस तरह प्रधान साहब ने दस्सिया और उहदी जिहड़ी शुरुआत है वो सुल्तानपुर लोधी जिथे लम्मा समा गुरु साहब ने रह के अपना जीवन गुजारिया उतों शुरू होनी है, क्योंकि जिस तरह दस्या 22 तरीक न बड़े समागम उत्थे होणगे, राष्ट्रपति साहब ते जतन करांगे उन्हां दा भी ते वो संत समाज जिन्नियां सिख संस्थावां सारियां उत्थे सारे उत्थे बड़े प्रोग्राम असी सारे करांगे। सो उहदे संबंधी 10 अक्तूबर नूं जिहड़ी है तेजा सिंह समुंदरी हाल के समुचे संत समाज संत समाज निहंग सिंह जथेबंदियों की मीटिंग असी बुलावांगे। इस तरह 11 तरीक न अमृतसर विखे तेजा सिंह समुंदरी हाल के जिहड़ियां समुचियां सिंह सभावां ने सारे देश दीआं सिंह सभावां वख वख सूबिआं दीआं उन्हां सारिआं दी जिहड़ी है वह मीटिंग बुलाई जाणी है, उन्हां सारिआं दे विचार लए जाणगे, उत्थे सारे प्रोग्राम जिहड़े ने लै के वह भी लिखांगे। सो इहदी शुरुआत जिहड़ी पूरे साल की जिहड़ी है वह सुल्तानपुर लोधी 22 तरीक तो शुरू हो जाणी है। सो सारा साल जिहड़ा है श्री गुरु नानक देव साहिब की 550 साल शताब्दी जिहड़ी आ रही पूरे साल प्रोग्राम चलणगे, वख वख सूबिआं दे विच भी करांगे, जिहड़े साडे धार्मिक समागम भी होणगे, कीर्तन दरबार भी होणगे, पूरा साल जिहड़ा है श्रोमणी गुरुद्वारा प्रबंधक कमेटी वल्लों सारे प्रोग्राम जिहड़े ने ओह कीते जाणगे। सो अज असीं वेख्या दिल्ली कमेटी वल्लों गुरबाणी विरसा संभाल सतसंग सभा के सहयोग के नाल गुरद्वारा सीसगंज साहिब विखे साहिब श्री गुरु नानक देव जी के 550 साल प्रकाश पुरब और बेबे नानकी जी की याद में विशेष गुरमत समागम करवाए गए। नाल ही असीं वेख्या कमेटी ने साहिब श्री गुरु नानक देव जी के 550 साल प्रकाश पुरब नूं मुख रखद्या होया तैयारियां शुरू कर दित्तियां ने। दिल्ली के इतिहासिक गुरद्वारा नानक प्यो साहिब की सरोवर की सेवा का काम भी शुरू हो गया है। सो अज लई सिर्फ इन्ना ही, तुसीं वेखदे रहो चढ़दी कला टाइम TV। धन्यवाद।